ਪ੍ਰਾਈਮ ਏਸ਼ੀਆ ਟੀਵੀ ਦੇ ਪ੍ਰਾਈਮ ਜ਼ਿੰਦਗੀ ਪ੍ਰੋਗਰਾਮ ਵਿੱਚ ਤੁਹਾਡਾ ਸਭਨਾਂ ਦਾ ਮੇਰੇ ਵੱਲੋਂ ਸੁਪਨ ਸੰਧੂ ਵੱਲੋਂ ਬਹੁਤ ਬਹੁਤ ਸਵਾਗਤ ਹੈ। ਪਿਆਰੇ ਦਰਸ਼ਕੋ, ਦੋਸਤੋ, ਅਸੀਂ ਅਕਸਰ ਇਸ ਪ੍ਰੋਗਰਾਮ ਵਿੱਚ ਦੋਵਾਂ ਹੀ ਪੰਜਾਬਾਂ ਦੇ ਕਲਾਕਾਰਾਂ, ਗਾਇਕਾਂ ਅਤੇ ਨਾਇਕਾਂ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹਿੰਦੇ ਹਾਂ ਅਤੇ ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਉਸ ਗੀਤਕਾਰ ਅਤੇ ਗਾਇਕ ਦਾ ਜ਼ਿਕਰ ਕਰਨਾ ਹੈ ਜਿਸ ਦਾ ਨਾਂ ਕਦੀ ਪੰਜਾਬ ਵਿੱਚ ਬੋਲਦਾ ਸੀ, ਪੰਜਾਬ ਵਿੱਚ ਯਾਨੀ ਕਿ ਉਹਦੀ ਤੂਤੀ ਬੋਲਦੀ ਸੀ। ਲੋਕਾਂ ਨੇ ਇਸ ਗੀਤਕਾਰ ਅਤੇ ਗਾਇਕ ਨੂੰ ਅਥਾਹ ਪਿਆਰ ਦੇ ਕੇ ਨਵਾਜਿਆ ਹੈ ਅਤੇ ਇਸ ਕਲਾਕਾਰ ਦਾ ਨਾਂ ਹੈ ਜੀ ਦੀਦਾਰ ਸੰਧੂ। ਦੀਦਾਰ ਸੰਧੂ ਇੱਕ ਅਜਿਹਾ ਲੋਕ ਗਾਇਕ ਹੈ ਜਿਸ ਦੀ ਗਾਇਕੀ ਦਾ ਜ਼ਿਕਰ ਇੰਨੇ ਸਾਲ ਬੀਤ ਜਾਣ ਦੇ ਬਾਅਦ ਵੀ ਪੰਜਾਬੀ ਗਾਇਕੀ ਦੇ ਕਦਰਦਾਨਾਂ ਦੇ ਮਨਾਂ ਵਿੱਚ ਜਿਉਂਦਾ ਜਾਗਦਾ ਹੈ। ਪੰਜਾਬ ਦੇ ਲੋਕਾਂ ਦੇ ਦਿਲਾਂ ਵਿੱਚ ਵਸਣ ਵਾਲੇ ਗਾਇਕਾਂ ਵਿੱਚ ਦੀਦਾਰ ਸੰਧੂ ਇੱਕ ਅਜਿਹਾ ਲੋਕ ਗਾਇਕ ਹੈ ਜਿਸ ਨੂੰ ਪੰਜਾਬੀ ਬੜੇ ਅਦਬ ਨਾਲ, ਬਹੁਤ ਸਤਿਕਾਰ ਦੇ ਨਾਲ ਯਾਦ ਕਰਦੇ ਨੇ। ਉਸਦੇ ਗੀਤ ਸੁਣ ਕੇ ਹੁਣ ਦੀ ਨਵੀਂ ਅਤੇ ਪੁਰਾਣੀ ਪੀੜ੍ਹੀ ਦੇ ਪੰਜਾਬੀ ਲੋਰ ਵਿੱਚ ਗੜੋਚ ਹੋ ਜਾਂਦੇ ਨੇ। ਸੋ ਉਸਦੀ ਗਾਇਕੀ ਅਤੇ ਜੀਵਨ ਬਾਰੇ ਪੂਰੀ ਜਾਣਕਾਰੀ ਸ਼ਾਇਦ ਕਿਸੇ ਵੱਡੀ ਕਿਤਾਬ ਵਿੱਚ ਹੀ ਦਿੱਤੀ ਜਾ ਸਕੇ, ਪਰ ਅੱਜ ਦੇ ਪ੍ਰੋਗਰਾਮ ਵਿੱਚ ਉਹਨਾਂ ਦੇ ਜੀਵਨ ਬਾਰੇ ਕੁਝ ਜਾਣਕਾਰੀ ਦੇਣ ਦੀ ਅਸੀਂ ਕੋਸ਼ਿਸ਼ ਕਰਾਂਗੇ। ਨਾਜ਼ਰੀਨ, ਦੀਦਾਰ ਸੰਧੂ ਇੱਕ ਅਜਿਹਾ ਗਾਇਕ ਹੋ ਨਿਬੜਿਆ ਹੈ ਜਿਸ ਦੀ ਯਾਦ ਵਿੱਚ ਮੇਲੇ ਲੱਗਦੇ ਨੇ, ਉਹਨਾਂ ਦੀ ਯਾਦ ਵਿੱਚ ਅਵਾਰਡ ਦਿੱਤੇ ਜਾਂਦੇ ਨੇ ਔਰ ਉਸਦੀ ਯਾਦ ਵਿੱਚ ਕਿਤਾਬਾਂ ਪ੍ਰਕਾਸ਼ਿਤ ਹੋਈਆਂ ਨੇ। ਉਸਦੇ ਗੀਤਾਂ ਨੂੰ ਪਾਕਿਸਤਾਨੀ ਪੰਜਾਬ ਵਿੱਚ ਸਰਕਾਰੀ ਤੌਰ 'ਤੇ ਸਾਂਭ ਕੇ ਰੱਖਿਆ ਗਿਆ। ਉਸਦੀ ਯਾਦ ਵਿੱਚ ਸੰਗੀਤਕ ਲਾਇਬ੍ਰੇਰੀਆਂ ਬਣੀਆਂ ਨੇ ਔਰ ਉਸਦੇ ਨਾਂ 'ਤੇ ਲੋਕਾਂ ਨੇ ਆਪਣੇ ਬੱਚਿਆਂ ਦੇ ਨਾਮ ਵੀ ਰੱਖੇ ਨੇ। ਉਹ ਪਿੰਡ ਭਰੋਵਾਲ ਦਾ 15 ਸਾਲ ਸਰਬਸੰਮਤੀ ਦੇ ਨਾਲ ਸਰਪੰਚ ਚੁਣਿਆ ਜਾਂਦਾ ਰਿਹਾ। ਉਸਨੇ ਦਰਜਨ ਦੇ ਕਰੀਬ ਪੰਜਾਬ ਦੀਆਂ ਚੋਟੀ ਦੀਆਂ ਗਾਇਕਾਵਾਂ ਨਾਲ ਗੀਤ ਰਿਕਾਰਡ ਕਰਵਾਏ। ਉਸਨੇ ਫਿਲਮਾਂ ਵਿੱਚ ਗਾਇਆ, ਰੇਡੀਓ ਵਿੱਚ ਗਾਇਆ, ਟੀਵੀ 'ਤੇ ਗਾਇਆ। ਪ੍ਰੋਫੈਸਰ ਮੋਹਨ ਸਿੰਘ ਮੇਲੇ ਦਾ ਜਥੇਬੰਦਕ ਸਕੱਤਰ ਆ। ਦੋਸਤੋ, ਪੰਜਾਬ ਦਾ ਸ਼ਾਇਦ ਹੀ ਕੋਈ ਅਜਿਹਾ ਪਿੰਡ ਹੋਵੇ ਜਿਸ ਵਿੱਚ ਦੀਦਾਰ ਸੰਧੂ ਦਾ ਅਖਾੜਾ ਨਾ ਲੱਗਾ ਹੋਵੇ। ਉਸਨੇ ਆਪਣੇ ਗਾਇਕੀ ਦੇ ਜ਼ੋਰ 'ਤੇ ਕਈ ਮੁਲਕਾਂ ਵਿੱਚ ਵਿਦੇਸ਼ੀ ਟੂਰ ਕੀਤੇ। ਉਸਦੇ ਗੀਤਾਂ ਨੂੰ ਅੱਜ ਵੀ ਲੋਕ ਆਪਣੇ ਵਿਕਰਾਂ 'ਤੇ ਲਿਖਵਾਈ ਫਿਰਦੇ ਨੇ ਔਰ ਉਸਦੇ ਪ੍ਰਸ਼ੰਸਕਾਂ ਦੀ ਗਿਣਤੀ ਅੱਜ ਵੀ ਲੱਖਾਂ ਦੇ ਵਿੱਚ ਹੈ। ਔਰ ਅਜਿਹੇ ਕਲਾਕਾਰ ਨੂੰ ਯਾਦ ਕਰਨਾ ਅਤੇ ਕਰਾਉਣਾ ਕਲਾ ਦੇ ਕਦਰਦਾਨਾਂ ਦਾ ਫਰਜ਼ ਬਣਦਾ ਹੈ। ਸੋ ਇਸੇ ਫਰਜ਼ ਨੂੰ ਸਮਝਦਿਆਂ ਅਸੀਂ ਦੀਦਾਰ ਸੰਧੂ ਜੀ ਦੇ ਜੀਵਨ, ਸਫ਼ਰ ਅਤੇ ਕਲਾ ਨਾਲ ਸਾਂਝ ਪਵਾਉਣ ਦਾ ਇੱਕ ਨਿਮਾਣਾ ਜਿਹਾ ਉੱਦਮ ਕਰ ਰਹੇ ਹਾਂ। ਦੀਦਾਰ ਸੰਧੂ ਦਾ ਜਨਮ 3 ਜੁਲਾਈ 1942 ਨੂੰ ਪਾਕਿਸਤਾਨ ਦੇ ਸਰਗੋਧਾ ਜ਼ਿਲ੍ਹੇ ਵਿੱਚ ਚੱਕ ਨੰਬਰ 133 ਵਿੱਚ ਪਿਤਾ ਸਮੁੰਦ ਸਿੰਘ ਦੇ ਘਰ ਅਤੇ ਮਾਤਾ ਦਾਨ ਕੌਰ ਦੀ ਕੁੱਖੋਂ ਹੋਇਆ। 1947 ਦੀ ਵੰਡ ਤੋਂ ਬਾਅਦ ਉਹਨਾਂ ਦਾ ਪਰਿਵਾਰ 1956 ਵਿੱਚ ਪਿੰਡ ਭਰੋਵਾਲ, ਜ਼ਿਲ੍ਹਾ ਲੁਧਿਆਣਾ ਵਿੱਚ ਆ ਕੇ ਵੱਸ ਗਿਆ ਔਰ ਉਹਨੇ ਮੁੱਢਲੀ ਵਿੱਦਿਆ ਪਿੰਡ ਜਗਰਾਓਂ ਦੇ ਸਰਕਾਰੀ ਸਕੂਲ ਅਤੇ 10ਵੀਂ ਤੱਕ ਦੀ ਵਿੱਦਿਆ ਸਰਕਾਰੀ ਹਾਈ ਸਕੂਲ ਬਰਸਾਲਾ ਤੋਂ ਪ੍ਰਾਪਤ ਕੀਤੀ। ਉਹ ਆਪਣੇ 5 ਭਰਾਵਾਂ ਵਿੱਚੋਂ ਸਭ ਤੋਂ ਛੋਟਾ ਸੀ। ਦੀਦਾਰ ਸੰਧੂ ਦਾ ਵਿਆਹ 1966 ਵਿੱਚ ਪਿੰਡ ਗਾਲਿਬ ਕਲਾਂ ਵਿਖੇ ਭਾਨ ਸਿੰਘ ਦੀ ਸਪੁੱਤਰੀ ਅਮਰਜੀਤ ਕੌਰ ਦੇ ਨਾਲ ਹੋਇਆ ਔਰ ਉਹਨਾਂ ਦੇ ਘਰ 2 ਬੱਚਿਆਂ ਜਗਮੋਹਨ ਸਿੰਘ ਅਤੇ ਬੇਟੀ ਦੀਪਾ ਨੇ ਜਨਮ ਲਿਆ ਔਰ ਉਹਨਾਂ ਦਾ ਇਕਲੌਤਾ ਬੇਟਾ ਜਗਮੋਹਨ ਸੰਧੂ ਅੱਜ ਕੱਲ੍ਹ ਗਾਇਕੀ ਦੇ ਪਿੜ ਵਿੱਚ ਵੀ ਵਿਚਰਿਆ ਹੈ। ਦੋਸਤੋ, ਦੀਦਾਰ ਸੰਧੂ ਕਲਾ ਦੇ ਕਦਰਦਾਨਾਂ ਦਾ ਚਹੇਤਾ ਅਤੇ ਲਾਡਲਾ ਗਾਇਕ ਸੀ। ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਲੁਧਿਆਣਾ ਦੇ ਰਹਿ ਚੁੱਕੇ ਚੇਅਰਮੈਨ ਸਵਰਗੀ ਜਗਦੀਪ ਸਿੰਘ ਜੱਸੋਵਾਲ ਨੇ ਉਹਦੇ ਬਾਰੇ ਲਿਖਿਆ ਸੀ ਕਿ ਜੋ ਸਥਾਨ ਅੰਗਰੇਜ਼ੀ ਕਵਿਤਾ ਵਿੱਚ ਬਾਇਰਨ ਦਾ ਸੀ, ਪੰਜਾਬੀ ਲੋਕ ਗੀਤਕਾਰੀ ਵਿੱਚ ਉਹ ਸਥਾਨ ਦੀਦਾਰ ਸੰਧੂ ਦਾ ਹੈ। ਸੋ ਦੀਦਾਰ, ਸਾਡੇ ਲਈ ਪੰਜਾਬੀ ਸੱਭਿਆਚਾਰ ਦੇ ਬਾਗਾਂ ਵਿੱਚ ਸਦਾ ਮਹਿਕਣ ਅਤੇ ਖੁਸ਼ਬੂਆਂ ਖਿਲਾਰਨ ਵਾਲਾ, ਬਹੁਰੰਗਾ ਫੁੱਲ ਅਤੇ ਨਿਰੰਤਰ ਰੌਸ਼ਨੀ ਵੰਡਣ ਵਾਲਾ ਇੱਕ ਤਾਰਾ ਹੈ। ਇਸੇ ਤਰ੍ਹਾਂ ਪ੍ਰਸਿੱਧ ਸਾਹਿਤਕਾਰ ਸੰਤ ਸਿੰਘ ਸਿਓਖੋ ਨੇ ਉਹਦੇ ਬਾਰੇ ਲਿਖਦਿਆਂ ਕਿਹਾ ਹੈ ਕਿ ਸਧਾਰਨ ਸ਼ਬਦਾਂ ਵਿੱਚ ਦੀਦਾਰ ਸੰਧੂ ਵਰਗੇ ਗੀਤਕਾਰ ਆਪਣੇ ਸਰੋਤਿਆਂ ਨੂੰ ਅਜਿਹਾ ਆਨੰਦ ਪ੍ਰਦਾਨ ਕਰਦੇ ਨੇ ਜਿਸ ਵਿੱਚ ਸਰੋਤੇ ਜੀਵਨ ਦਾ ਵਿਲਾਸ ਵੀ ਮੰਨਦੇ ਨੇ ਅਤੇ ਉਹਨਾਂ ਉੱਪਰ ਸਦਾਚਾਰ ਦੀਆਂ ਸੀਮਾਵਾਂ ਉਲੰਘਣ ਦਾ ਦੋਸ਼ ਵੀ ਨਹੀਂ ਲੱਗਦਾ। ਸਵਰਗੀ ਆਤਮ ਹਮਰਾਹੀ ਨੇ ਦੀਦਾਰ ਸੰਧੂ ਨੂੰ ਸ਼ਰਧਾਂਜਲੀ ਭੇਟ ਕਰਦੇ ਲਿਖਿਆ ਸੀ ਕਿ ਉਹ ਜੱਟ ਕਲਚਰ ਦਾ ਸਿਰਮੌਰ ਗੀਤਕਾਰ ਸੀ।
ਦਿਦਾਰ ਸੰਧੂ ਦੀ ਗਾਇਕੀ ਅਤੇ ਗੀਤਕਾਰੀ ਦਾ ਕਮਾਲ ਹੀ ਸੀ ਜੋ ਇੰਨੇ ਵੱਡੇ ਨਾਮੀ ਸਾਹਿਤਕਾਰਾਂ ਦਾ ਮਨ ਵੀ ਉਹਦੀ ਕਲਾ ਦੀ ਵਡਿਆਈ ਕਰਨ ਲਈ ਉੱਛਲ ਪਿਆ। ਜਾਣਨ ਵਾਲੇ ਜਾਣਦੇ ਨੇ ਕਿ ਪੰਜਾਬੀ ਦਾ ਨਾਮਵਰ ਸ਼ਾਇਰ ਪਾਸ਼ਵੀ ਦਿਦਾਰ ਸੰਧੂ ਦੀ ਗਾਇਕੀ ਅਤੇ ਗੀਤਕਾਰੀ ਦਾ ਦਿਲ ਦੀਆਂ ਧੁਰ ਡੂੰਘਾਨਾਂ ਤੋਂ ਪ੍ਰਸ਼ੰਸਕ ਸੀ। ਦਿਦਾਰ ਸੰਧੂ ਦੀ ਸਭ ਤੋਂ ਵੱਡੀ ਸਿਫਤ ਇਹ ਸੀ ਕਿ ਉਹ ਆਪਣੇ ਗੀਤ ਖੁਦ ਲਿਖ ਕੇ ਗਾਉਂਦਾ ਸੀ ਔਰ ਉਹਨਾਂ ਦੇ ਗੀਤਾਂ ਦਾ ਕਾਵਿ ਚਿਤਰਨ ਇੰਨਾ ਕਮਾਲ ਦਾ ਹੈ ਕਿ ਸੁਣਨ ਵਾਲਾ ਦੰਗ ਰਹਿ ਜਾਂਦਾ ਹੈ। ਸੁਣਨ ਵਾਲੇ ਦੀ ਸੋਚ ਅਕਸਰ ਗੀਤ ਤੋਂ ਪਿੱਛੇ ਰਹਿ ਜਾਂਦੀ ਹੈ ਅਤੇ ਜਦੋਂ ਉਹ ਗੀਤ ਲਿਖਦਾ ਹੈ ਕਿ ਚੰਨ ਹੋ ਬਦਲੀ ਦੇ ਉੱਲੇ ਕੰਨੀਆਂ ਨੂੰ ਇੰਝ ਰੁਸ਼ਨਾਵੇ ਜਿਉਂ ਗੋਟੇ ਵਾਲੀ ਚੁੰਨੀ ਕੋਈ ਅੰਬਰ 'ਤੇ ਸੁੱਟ ਸੁਕਾਵੇ। ਸੋ ਇਹ ਚਾਨਣ ਵਰਗਾ ਰਿਸ਼ਤਾ ਜੱਗ ਤੋਂ ਕਿਵੇਂ ਲੁਕਾਏਗਾ ਤਾਂ ਸਰੋਤਿਆਂ ਦੀ ਸੋਚ ਚੰਨ ਅਤੇ ਚਾਨਣੀ 'ਤੇ ਅਟਕੀ ਰਹਿ ਜਾਂਦੀ ਹੈ ਅਤੇ ਗੋਟੇ ਵਾਲੀ ਚੁੰਨੀ ਵੀ ਉਹਦੀ ਕਲਪਨਾ ਦੇ ਵਿੱਚ ਜਿਹੜੀ ਹੈ ਉਹ ਲਹਿਰਨ ਲੱਗਦੀ ਹੈ। ਅਤੇ ਦੋਸਤੋ ਇੰਝ ਹੀ ਜਦੋਂ ਉਹ ਕਹਿੰਦਾ ਹੈ ਕਿ ਸਾਉਣ ਮਹੀਨਾ ਪੈਣ ਛਰਾਟੇ, ਸਾਉਣ ਮਹੀਨਾ ਪੈਣ ਛਰਾਟੇ, ਵਗ ਪਰਨਾਲੇ ਢਾਬ ਭਰੀ, ਤਾਂ ਜੇਠ ਹਾੜ ਦੀਆਂ ਧੁੱਪਾਂ ਵਿੱਚ ਵੀ ਸੁਣਨ ਵਾਲੇ ਦੇ ਦਿਲ ਦਿਮਾਗ 'ਤੇ ਸਾਉਣ ਮਹੀਨੇ ਦੀਆਂ ਘਟਾਵਾਂ ਛਾ ਜਾਂਦੀਆਂ ਨੇ ਅਤੇ ਪਰਨਾਲਿਆਂ ਵਿੱਚੋਂ ਵਗਦਾ ਪਾਣੀ ਗਲੀਆਂ ਵਿੱਚੋਂ ਲੰਘਦਾ ਢਾਬ ਤੱਕ ਪੁੱਜਦਾ ਦਿਖਾਈ ਦੇਣ ਲੱਗਦਾ ਹੈ। ਇੰਝੋ ਸਿਰਫ ਗੀਤ ਗਾਉਂਦਾ ਅਤੇ ਸੁਣਾਉਂਦਾ ਹੀ ਨਹੀਂ ਸਗੋਂ ਸੁਣਨ ਵਾਲੇ ਦੀਆਂ ਅੱਖਾਂ ਸਾਹਮਣੇ ਫਿਲਮ ਚੱਲਣੀ ਲਾ ਦਿੰਦਾ ਹੈ। ਉਹਦੀ ਸ਼ਾਇਰੀ ਦਾ ਹੁਸਨ ਇਸ ਗੱਲ ਵਿੱਚ ਵੀ ਹੈ ਕਿ ਉਸਨੇ ਆਪਣੇ ਗੀਤਾਂ ਵਿੱਚ ਅਨੇਕਾਂ ਹੀ ਨਵੇਂ ਅਲੰਕਾਰਾਂ ਦੀ ਵਰਤੋਂ ਕੀਤੀ ਹੈ ਅਤੇ ਇਸ ਤੋਂ ਇਲਾਵਾ ਉਸਦੇ ਗੀਤਾਂ ਵਿੱਚ ਅਨੇਕਾਂ ਚਿੰਨ੍ਹ, ਬਿੰਬ, ਪ੍ਰਤੀਕ ਅਤੇ ਤਸ਼ਬੀਹਾਂ ਮਾਲਾ ਦੇ ਮਣਕੇ ਵਾਂਗੂ ਪਰੋਏ ਹੁੰਦੀਆਂ ਸੀ ਜਿਨ੍ਹਾਂ ਨੂੰ ਸੁਣ ਕੇ ਮਨ ਹੁਲਾਸ ਵਿੱਚ ਆ ਜਾਂਦਾ ਅਤੇ ਬਦੋ ਬਦੀ ਉਹਨੂੰ ਸਲਾਮ ਕਰਨ ਨੂੰ ਦਿਲ ਕਰਾਉਂਦਾ ਹੈ। ਉਹਦੇ ਗੀਤਾਂ ਦੇ ਨਮੂਨੇ ਵੇਖੀਏ ਤਾਂ ਪਤਾ ਲੱਗਦਾ ਹੈ ਕਿ ਕਿਵੇਂ ਉਹ ਨਜ਼ਰ ਦੀ ਤਾਜ਼ਗੀ ਨਾਲ ਜੀਵਨ ਦੇ ਨਜ਼ਾਰਿਆਂ ਨੂੰ ਵੇਖਦਾ ਅਤੇ ਬਿਆਨ ਕਰਦਾ ਸੀ ਔਰ ਮੁਹੰਮਦ ਸਦੀਕ ਨੇ ਜਦੋਂ ਉਹਦਾ ਗੀਤ ਛਣਕਾਟਾ ਪੈਂਦਾ ਗਲੀ ਗਲੀ ਗਾਇਆ ਤਾਂ ਸਦੀਕ ਸਦੀਕ ਹੋ ਉੱਠੀ। ਜ਼ਰਾ ਗੀਤ ਦੇ ਬੋਲ ਸੁਣੋ। ਦਿਦਾਰ ਲਿਖਦਾ ਹੈ ਕਿ ਗਿੱਧਿਆਂ ਦੇ ਜਾਵਾਂ ਨੀ ਮੈਂ ਪਾਵਾਂ ਨੱਚ ਧਮਾਲਾਂ, ਪੌਣ ਨੀਵੀਆਂ ਮੋਰ ਸ਼ਰਮ ਨਾਲ ਦੇਖ ਮੇਰੀਆਂ ਚਾਲਾਂ, ਮੇਰੇ ਨਾਲੋਂ ਵੱਧ ਕੇ ਮੇਰੀ ਝਾਂਜਰ ਕਰੇ ਕਮਾਲਾਂ, ਜੀ ਕਰਦਾ ਇਹ ਝਾਂਜਰ ਪਾ ਕੇ ਉੜ ਜਾਂ ਕਬੂਤਰ ਬਣ ਕੇ, ਛਣਕਾਟਾ ਪੈਂਦਾ ਗਲੀ ਗਲੀ ਮੇਰੀ ਐਸੀ ਝਾਂਜਰ ਛਣ ਕੇ, ਛਣਕਾਟਾ ਪੈਂਦਾ ਗਲੀ ਗਲੀ। ਇਸ ਗੀਤ ਵਿੱਚ ਮੋਰਾਂ ਨੂੰ ਸ਼ਰਮ ਨਾਲ ਨੀਵੀਆਂ ਪਾਉਂਦੇ ਵੇਖ ਕੇ ਤੁਹਾਡੀਆਂ ਅੱਖਾਂ ਇੱਕ ਨਜ਼ਾਰਾ ਸਾਕਾਰ ਹੋ ਜਾਂਦਾ ਹੈ। ਦੋਸਤੋ ਗੱਲਾਂ ਚੱਲ ਰਹੀਆਂ ਨੇ ਨਾਮਵਰ ਗਾਇਕ ਅਤੇ ਗੀਤਕਾਰ ਦਿਦਾਰ ਸੰਧੂ ਦੀ ਕਲਾ ਅਤੇ ਸਫ਼ਰ ਬਾਰੇ। ਦਿਦਾਰ ਸੰਧੂ ਨੇ ਗਾਇਕੀ ਦੀ ਸ਼ੁਰੂਆਤ ਬਤੌਰ ਇੱਕ ਗੀਤਕਾਰ ਵਜੋਂ ਕੀਤੀ। ਉਸਦੇ ਲਿਖੇ ਗੀਤਾਂ ਦੀਆਂ ਧੁੰਮਾਂ ਪੂਰੇ ਪੰਜਾਬ ਵਿੱਚ ਪੈ ਗਈਆਂ। ਪਹਿਲਾ ਗੀਤ ਨਰਿੰਦਰ ਬੀਬਾ ਜੀ ਦੀ ਆਵਾਜ਼ ਵਿੱਚ ਜੱਟ ਬੜਾ ਬੇਦਰਦੀ ਇਹ ਰਿਕਾਰਡ ਹੋਇਆ ਅਤੇ ਉਸ ਸਮੇਂ ਮੁਹੰਮਦ ਸਦੀਕ ਅਤੇ ਰਣਜੀਤ ਕੌਰ ਦੀ ਗਾਇਕੀ ਦੀ ਜੋੜੀ ਚੜ੍ਹਤਾਂ ਵਿੱਚ ਸੀ ਔਰ ਇਸ ਜੋੜੀ ਦੀਆਂ ਆਵਾਜ਼ਾਂ ਵਿੱਚ ਦਿਦਾਰ ਸੰਧੂ ਦੇ ਗੀਤਾਂ ਸੁਰਮਾ ਪੰਜ ਰੱਤੀਆਂ, ਕਾਗਜ਼ ਵਰਗੀ ਭਾਬੀ, ਐਸੀ ਝਾਂਜਰ ਛਣਕੇ, ਕੁੜਤੀ ਮਲ ਮਲ ਦੀ, ਲੱਡੂ ਵੰਡਦੀ ਕਚਹਿਰੀਓਂ ਆਵੀ ਨੇ ਦਿਦਾਰ ਸੰਧੂ ਦਾ ਪੰਜਾਬ ਵਿੱਚ ਨਾਂ ਬਣਾ ਦਿੱਤਾ ਅਤੇ 1962 ਵਿੱਚ ਉਹਨੇ ਲੋਕ ਸੰਪਰਕ ਵਿਭਾਗ ਦੇ ਵਿੱਚ ਨੌਕਰੀ ਕਰ ਲਈ ਜਿੱਥੇ ਉਸਨੇ ਪ੍ਰਸਿੱਧ ਗਾਇਕ ਮੁਹੰਮਦ ਸਦੀਕ ਦੇ ਨਾਲ 2.5 ਸਾਲ ਦੇ ਕਰੀਬ ਸਟੇਜਾਂ 'ਤੇ ਗਾਇਆ ਅਤੇ ਇਸ ਸਮੇਂ ਤੱਕ ਦਿਦਾਰ ਸੰਧੂ ਦੀ ਆਪਣੀ ਪਹਿਚਾਣ ਗਾਇਕ ਵਜੋਂ ਹੋ ਗਈ ਸੀ ਤਾਂ ਉਹਨੇ ਪਹਿਲਾ ਰਿਕਾਰਡ ਸਨੇਹਲਤਾ ਨਾਲ ਪਿੰਡ ਦਿਆਂ ਮੁੰਡਿਆਂ ਨੂੰ ਇਹ ਰਿਕਾਰਡ ਕਰਵਾਇਆ ਔਰ ਪ੍ਰਸਿੱਧ HMV ਕੰਪਨੀ ਜਿਹੜੀ ਸੀਗੀ ਉਹਨੇ ਇਹ ਰਿਕਾਰਡ ਜਿਹੜਾ ਸੀ ਰਿਕਾਰਡ ਕੀਤਾ। ਬਸ ਫਿਰ ਕੀ ਸੀ, ਦਿਦਾਰ ਦੇ ਰਿਕਾਰਡ ਕੀਤੇ ਤਵੇ ਲੋਕ ਇੰਨਾ ਪਸੰਦ ਕਰਨ ਲੱਗ ਪਏ ਕਿ ਰਿਕਾਰਡ ਜਿਹੜੇ ਨੇ ਉਹ ਬਲੈਕ ਵਿੱਚ ਵਿਕਣ ਲੱਗ ਪਏ ਅਤੇ ਆਪਣੇ ਅੰਤਲੇ ਸਮੇਂ ਤੱਕ ਕੋਈ 28 ਸਾਲ ਚੱਲ ਸੋ ਚੱਲ ਉਹਦੀ ਚੜ੍ਹਤ ਦੀ ਖੁਸ਼ਬੂ ਦਿਨ ਦੁਣੀ ਅਤੇ ਰਾਤ ਚੌਗਣੀ ਤਰੱਕੀ ਕਰਦੀ ਰਹੀ ਔਰ ਇਸੇ ਸਮੇਂ ਦੌਰਾਨ ਉਸਨੇ ਪੰਜਾਬ ਦੀਆਂ ਮਸ਼ਹੂਰ ਗਾਇਕਾਵਾਂ ਦੇ ਨਾਲ ਗੀਤ ਰਿਕਾਰਡ ਕਰਵਾਏ ਜਿਨ੍ਹਾਂ ਵਿੱਚ ਪੰਜਾਬ ਦੀ ਕੋਇਲ ਸੁਰਿੰਦਰ ਕੌਰ ਜੀ, ਅਮਰ ਨੂਰੀ, ਸਨੇਹਲਤਾ, ਪਰਮਿੰਦਰ ਸੰਧੂ, ਕੁਲਦੀਪ ਕੌਰ, ਬਲਜੀਤ ਬੱਲੀ, ਸੁਸ਼ਮਾ, ਸੁਖਵੰਤ ਕੌਰ ਤੋਂ ਇਲਾਵਾ ਹਿੰਦੀ ਫਿਲਮਾਂ ਦੀ ਹੀਰੋਇਨ ਰਮਾ ਵਿਜ ਨੇ ਵੀ ਕਈ ਸਟੇਜਾਂ 'ਤੇ ਦਿਦਾਰ ਸੰਧੂ ਨਾਲ ਗਾਇਆ। ਪੰਜਾਬੀ ਫਿਲਮ ਅਣਖ ਜੱਟਾਂ ਦੀ ਵਿੱਚ ਸੁਰਿੰਦਰ ਸ਼ਿੰਦੇ ਦੀ ਆਵਾਜ਼ ਵਿੱਚ ਗੀਤ
इस समय दियां सट्टां तो तू भावें है मजबूर अते ललकारा फिल्म विच माए नी तेरी लाडली और सरबजीत दी आवाज़ विच अते फिर गबरू पंजाब दे विच दीदार संधू ते अमर नूरी दा अखाड़ा फिल्माया गया। भावें प्रसिद्ध अमर नूरी अज तक नित कामयाबी दियां सिखरां नूं छोह रही है पर फिल्मी पर्दे ते सब तो पहला उसनूं दीदार संधू ही लैके आया सी। नूरी 1981 विच बहुत छोटी उम्र विच दीदार संधू नाल दिन गाउण लगी सी ते उस तो बाद ही वह अपनी वक्री पछाण बना के गायकी दे खेत्र विच उसने वड्डियां मल्लां मारियां ते वड्डियां मल्लां मारदे समर्थ बनी। नाज़रीन इस वक्फे तो पहला असीं जिक्र कर रहे सी कि जिथे दीदार संधू ने प्रसिद्ध सोलो गीत गाए उत्थे अपने वेले दियां चर्चित गायकां नाल भी उन्हें यादगारी गीत गाए। जिन्हां होर प्रसिद्ध गायकां ने दीदार संधू दे लिखे गीत गाए उन्हां विच मुहम्मद सदीक, रणजीत कौर, नरेंद्र बीबा, बीर चंद, रणजीत, सुदेश कपूर, परोमला पम्मी, सुवर्णलता, करनैल गिल, रमेश रंगीला, प्रीति बाला, करनैल सिंह, बीर चंद गोपी आदि के नाम जिक्रयोग ने। यह सारे गीत भी बहुत मशहूर है और उसकी अपनी आवाज़ विच बहुते गीत स्नेहलता, अमर नूरी अते सुरिंदर कौर दे नाल रिकॉर्ड होए। स्नेहलता नाल दीदार संधू की आवाज़ का कुदरती मेल सी अते मानसिक वहाव भी दोहां दा इको जिहा सी। इस करके इस जोड़ी ने खूब नामना खटिया। स्नेहलता ने कोई 7 साल दीदार संधू दे नाल गाया। उदों इन्हां दी जोड़ी दियां पूरियां धुम्मां सी तां लोक इन्हां दा अखाड़ा सुन लई वहीरां घत के पुजदे। 7 साल इकट्ठे गाउण तों बाद जदों स्नेहलता विआह करवा के विदेश चली गई एक बार तां दीदार संधू की गायकी नूं ब्रेकां जिहियां लग गईआं जापियां। स्नेहलता दी गैर हाजरी ने दीदार संधू की कला अते भविखी प्रोग्रामां ते प्रश्न चिन्ह ला दिता पर छेती ही गड्डी फिर ली ते चढ़ गई। मुल्लापुर नेड़े पिंड भरोवाल तो गायकी का सफ़र शुरू करदिआं बुलंदियां नूं उन्होंने छुया। संधू के गीत अज भी उसके प्रशंसकों के दिलों से राज कर रहे हैं। उन्हें मिलने वाले दसते हैं कि वह बहुत मिलापड़े सुभा का मालक सी। उसके गीतों ने सदा परिवारक रिश्तियां नूं पेश किया। धियां दे वगदे हंजुआं तो लैके अबला दे दिल दियां हूकां नूं उसने अपनी गायकी राही बखूबी दर्शाया है। जिन्हां विचों कि ना मार जालमा वे पेके तत्तड़ी ते दूर और मेरी माही माही कहिंदी दी जुबान सुकदी सारे गीत रिश्तियां दे निग नूं पेश करन दे नाल नाल मिठियां संगीतक वनगियां दी मिसाल ने। नाज़रीन गल चल रही सी दीदार संधू दे गीतां दी। उहदे बहुत चर्चित गीतां विचों इक गीत सी कि बंद पिया दरवाज़ा ज्यों फट कोट कपूरी दा। इह गीत हर उमर दे हर वर्ग दे स्रोतियां ने सलाया। संधू ने बहुत सारे गीत लिखे दे गाए जिवें पहले भी दस्सिया है ते उसदे गीत दिली तड़पदी हालत नूं हूब हू पेश करदे जापदे सी। एक वधिया कलाकार होण दे नाल नाल उसने एक वधिया इंसान होण दे नाते भी बहुत मान सन्मान मिलिया। अज पंजाबी गायकी दोस्तों एक वपार बन के रह गई ते बहुते अज दे नवे कलाकार अखौती कलाकार जिन्हां नूं गाउणा नहीं आउंदा ते अश्लील गीतां ते वीडियो दे राहीं नाम ना खटना चाहुंदे ने पर दीदार संधू एक वक्री एक बिल्कुल ही वक्री शख्सियत दा मालक सी। दीदार ने कदे भी कोई किसी किस्म का समझौता प्रवान नहीं सी कीता। दीदार संधू का अपने पिंड भरोवाल दे नाल भी अंतां दा मोह सी। उसके गीतां विच भी यह मोह झलकदा सी जिवें कि पिंड भरोवाल दी फिरनी तो दिन खड़े कदे ना कर जावां। सो गाउण दा शौक उसनू पढ़ाई करदे समय कहिंदे पैदा हो गया सी। जिवें असीं दस सां कि 1962 विच दीदार संधू ने लोक संपर्क विभाग विच नौकरी प्राप्त कर ली ते इस विभाग का कलाकार उदों तक मशहूर गायक मुहम्मद सदीक सी ते इत्थे काम करदिआं दोवां विच दोस्ती हो गई सी ते दोस्ती कुछ अरसे बाद ही उस्ताद अते शागिर्द दे रिश्ते विच तब्दील हो गई। लोक संपर्क विभाग विच काम करन दे दिनां दा साथ मानना मुहम्मद सदीक नूं अज भी चेते आउंदा है। दीदार संधू ने पंजाबी साहित दी झोली 250 दे करीब गीत दुगाणे अते 7 पुस्तकां पा के इस नूं साहित्यक पक्खों अमीर किया। 1980 तो 1982 तक उसने पंजाब दी कोयल सुरिंदर कौर दे नाल 20 गीत रिकॉर्ड करवाए ते सारे गीत अज भी बहुत मकबूल ने। उस्ताद मुहम्मद सदीक दी आवाज़ विच गाए सोलो गीत मेरी ऐसी झांझर छणके नाल
ਦਿਦਾਰ ਸੰਧੂ ਦੀ ਇੱਕ ਗੀਤਕਾਰ ਦੇ ਰੂਪ ਵਿੱਚ ਬਹੁਤ ਮਕਬੂਲੀਅਤ ਹੋਈ। ਇਹ ਗੀਤ ਪ੍ਰਸਿੱਧੀ ਦੇ ਸਿਖਰ ਤੇ ਪੁੱਜਿਆ। ਦਿਦਾਰ ਨੇ ਰੋਮਾਂਟਿਕ ਗੀਤਾਂ ਦੇ ਨਾਲ ਨਾਲ ਸਮਾਜਿਕ ਬੁਰਾਈਆਂ ਨੂੰ ਵੀ ਆਪਣੇ ਗੀਤਾਂ ਦਾ ਵਿਸ਼ਾ ਬਣਾਇਆ। ਉਸਨੇ ਇੱਕ ਚਿਤੰਨ ਲੇਖਕ ਹੋਣ ਦਾ ਸਬੂਤ ਦਿੰਦਿਆਂ ਵਰਤਮਾਨ ਨਿਜ਼ਾਮ ਅੰਦਰ ਵਾਪਰਦੇ ਸਮੁੱਚੇ ਵਰਤਾਰੇ ਨੂੰ ਆਪਣੇ ਵਿਅੰਗਮਈ ਅੰਦਾਜ਼ ਦੇ ਵਿੱਚ ਪੇਸ਼ ਕੀਤਾ। ਨਾਜ਼ਰੀਨ, ਇਸ ਰੰਗ ਤੋਂ ਪਹਿਲਾਂ ਅਸੀਂ ਦੱਸ ਰਹੇ ਸੀ ਕਿ ਦਿਦਾਰ ਸੰਧੂ ਨੇ ਇੱਕ ਚਿਤੰਨ ਲੇਖਕ ਦਾ ਸਬੂਤ ਦਿੰਦਿਆਂ ਵਰਤਮਾਨ ਨਿਜ਼ਾਮ ਅੰਦਰ ਵਾਪਰਦੇ ਸਮੁੱਚੇ ਵਰਤਾਰੇ ਨੂੰ ਆਪਣੇ ਇੱਕ ਵਿਅੰਗਮਈ ਅੰਦਾਜ਼ ਦੇ ਵਿੱਚ ਪੇਸ਼ ਕੀਤਾ। ਜਨਤਾ ਦੇ ਹੁੰਦੇ ਸ਼ੋਸ਼ਣ ਅਤੇ ਜ਼ਿੰਦਗੀ ਦੇ ਹਰ ਖੇਤਰ ਦੀ ਭ੍ਰਿਸ਼ਟਾਚਾਰ ਵਿੱਚ ਲਿਬੜੀ ਤਸਵੀਰ ਨੂੰ ਉਹ ਇਸ ਤਰ੍ਹਾਂ ਚਿੱਤਰਦਾ ਹੈ। ਕਹਿੰਦਾ ਹੈ ਕਿ ਹਰ ਪਾਸੇ ਚੋਰ ਬਜ਼ਾਰੀ ਆ, ਹਰ ਪਾਸੇ ਚੋਰ ਬਜ਼ਾਰੀ ਆ, ਹਰ ਪਾਸੇ ਰਿਸ਼ਵਤਦਾਰੀ ਆ, ਰੱਬ ਰਾਖਾ ਸਾਰੀ ਦੁਨੀਆ ਦਾ ਹਰ ਪਾਸੇ ਚੋਰੀ ਆ ਰਹੀ ਆ। ਔਰ ਇਸ ਗੀਤ ਵਿੱਚ ਉਹਨਾਂ ਸਾਰੀਆਂ ਬਿਮਾਰੀਆਂ 'ਤੇ ਉਂਗਲ ਰੱਖੀ ਗਈ ਹੈ ਜੋ ਅਜੋਕੇ ਸਮਾਜ ਵਿੱਚ ਕਿਸੇ ਜ਼ਹਿਰੀਲੀ ਬੂਟੀ ਵਾਂਗ ਫੈਲੀਆਂ ਨੇ। ਭਾਵੇਂ ਦਿਦਾਰ ਸੰਧੂ ਆਪਣੇ ਗੀਤਾਂ ਵਿੱਚ ਆਪਣੇ ਨਾਂ ਨਾਲ ਸੰਧੂ ਅਤੇ ਜੱਟ ਸ਼ਬਦ ਵੀ ਕਈ ਵਾਰ ਵਰਤਦਾ ਸੀ, ਪਰ ਉਸਦੀ ਜਿਹੜੀ ਰਚਨਾ ਹੁੰਦੀ ਸੀ ਉਹ ਜ਼ਾਤ ਪਾਤ ਤੋਂ ਉੱਪਰ ਉੱਠਿਆ ਸਮਾਜ ਵੇਖਣਾ ਚਾਹੁੰਦੀ ਸੀ। ਉਸਨੇ ਅਜਿਹੇ ਜ਼ਾਤ ਪਾਤ ਰਹਿਤ ਸਮਾਜ ਵਿੱਚ ਟਿਕਾਣਾ ਬਣਾਉਣ ਦੀ ਨਿੱਜੀ ਖਾਹਿਸ਼ ਦਾ ਪ੍ਰਗਟਾਵਾ ਇਸ ਤਰ੍ਹਾਂ ਕੀਤਾ ਹੈ ਕਿ ਚੱਲ ਚੱਲੀਏ ਟਿਕਾਣਾ ਮੱਲੀਏ, ਜਿੱਥੇ ਨਾ ਕੋਈ ਜਾਣੇ ਨਾ ਜ਼ਾਤ ਪਛਾਣੇ ਐਸੀ ਥਾਂ ਉੱਤੇ। ਦੋਸਤੋ, ਇਹ ਵੀ ਕਿਹਾ ਜਾਂਦਾ ਹੈ ਕਿ ਦਿਦਾਰ ਸੰਧੂ ਦਾ ਵੱਡਾ ਭਰਾ ਦਰਸ਼ਨ ਸਿੰਘ ਮਾਰਕਸਵਾਦੀ ਵਿਚਾਰਧਾਰਾ ਦਾ ਧਾਰਨੀ ਸੀ, ਇਸ ਲਈ ਦਿਦਾਰ ਉੱਤੇ ਉਸਦਾ ਥੋੜ੍ਹਾ ਪ੍ਰਭਾਵ ਪੈਣਾ ਤਾਂ ਫਿਰ ਕੁਦਰਤੀ ਸੀ, ਅਤੇ ਇਹ ਪੱਖ ਵੀ ਉਸਦੀ ਗਾਇਕੀ ਵਿੱਚ ਵੇਖਣ ਨੂੰ ਮਿਲਿਆ। ਉਹਦੇ ਗੀਤਾਂ ਵਿੱਚ ਪੰਜਾਬੀ ਜੀਵਨ ਦੀਆਂ ਸੋਚਾਂ ਅਤੇ ਅਹਿਸਾਸ ਨੇ ਕੁਝ ਇਸ ਪ੍ਰਕਾਰ ਪੇਸ਼ ਹੋਏ ਨੇ ਕਿ ਕਾਲੇ ਕਾਲੇ ਖੇਤ ਜਿਵੇਂ ਕਾਲਾ ਸਿਰ ਹੀਰ ਦਾ, ਪਾਉਂਦੀਏ ਭੁਲੇਖਾ ਚਿੱਟੀ ਡੰਡੀ ਟਿੱਡ ਚੀਰ ਦਾ। ਇੱਕ ਗੀਤ ਹੋਰ ਹੈ ਜੀ, ਮੇਰਾ ਉਹ ਮਜ਼ਾਰੇ ਵਾਲਾ ਹਾਲ ਜਿੱਥੋਂ ਮਾਲਕਾ ਜ਼ਮੀਨ ਖੋ ਲਈ ਕਾਹਦੇ ਨਾਲ। ਸੋ ਦੋਸਤੋ, ਕਈ ਉਹਦੇ ਬਹੁਤ ਮਸ਼ਹੂਰ ਗੀਤ ਨੇ ਜਿਨ੍ਹਾਂ ਵਿੱਚ ਉਹਦਾ ਗੀਤ ਹੈ ਕਿ ਮੈਂ ਕਹਿੰਦਾ ਦੱਸ ਕੀ ਕਹਿਣਾ ਬਾਬੇ ਨੂੰ ਹਿੱਕ ਤਾਣ ਕੇ, ਬੁੱਝ ਲਈ ਫਿਰ ਤੂੰ ਮੇਰੇ ਮੁੰਡੇ ਕਿੱਥੇ ਨੇ ਨਾਨਕੇ। ਸੋ ਬਹੁਤ ਸਾਰੇ ਗੀਤ ਜਿਹੜੇ ਅੱਜ ਵੀ ਅਸੀਂ ਸੁਣਦੇ ਹਾਂ ਅਤੇ ਸਾਡੀ ਦਿਦਾਰ ਸੰਧੂ ਦੀ ਯਾਦ ਜਿਹੜੀ ਹੈ ਤਰੋ ਤਾਜ਼ਾ ਹੋ ਜਾਂਦੀ ਹੈ। ਇੰਝ ਅਸੀਂ ਵੇਖਦੇ ਹਾਂ ਕਿ ਦਿਦਾਰ ਸੰਧੂ ਦੇ ਗੀਤਾਂ ਵਿੱਚ ਪੰਜਾਬੀ ਜੀਵਨ ਦੀਆਂ ਜਾਨਦਾਰ ਅਤੇ ਸ਼ਾਨਦਾਰ ਝਲਕੀਆਂ ਨਜ਼ਰ ਆਉਂਦੀਆਂ ਨੇ। ਕੁਲਵੰਤ ਸਿੰਘ ਲਹਿਰੀ ਨੇ ਦਿਦਾਰ ਸੰਧੂ ਦੇ ਕਲਾਤਮਕ ਸਫ਼ਰ ਬਾਰੇ ਇੱਕ ਪੁਸਤਕ ਵੀ ਲਿਖੀ ਹੈ ਜਿਸ ਦਾ ਨਾਂ ਹੈ ਦਿਦਾਰਨਾਮਾ। ਨਾਜ਼ਰੀਨ, ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਪੰਜਾਬੀ ਦੇ ਬਹੁਤ ਚਰਚਿਤ ਗੀਤ ਅਤੇ ਗੀਤਕਾਰ ਦਿਦਾਰ ਸੰਧੂ ਦੇ ਕਲਾਤਮਕ ਸਫ਼ਰ ਬਾਰੇ ਗੱਲਬਾਤ ਕਰ ਰਹੇ ਹਾਂ। ਅਸੀਂ ਪਿੱਛੇ ਇਸ਼ਾਰਾ ਕਰ ਰਹੇ ਹਾਂ ਕਿ ਜਨ ਸਧਾਰਨ ਤੋਂ ਲੈ ਕੇ ਪੰਜਾਬੀ ਸਾਹਿਤ ਦੇ ਬਾਬਾ ਬੋੜ ਸੰਤ ਸਿੰਘ ਸੇਖੋ ਅਤੇ ਨਾਮਵਰ ਸ਼ਾਇਰ ਪਾਸ਼ ਅਤੇ ਗੀਤਕਾਰ ਸ਼ਮਸ਼ੇਰ ਸੰਧੂ ਵੀ ਉਸਦੀ ਕਲਾ ਤੋਂ ਬਹੁਤ ਪ੍ਰਭਾਵਿਤ ਹੋਏ। ਪਾਸ਼ ਦਿਦਾਰ ਸੰਧੂ ਦੇ ਗੀਤ ਬੜੇ ਚਾਅ ਦੇ ਨਾਲ ਸੁਣਦਾ ਰਹਿੰਦਾ ਸੀ, ਉਸਦੇ ਅਖਾੜੇ ਸੁਣ ਲਈ ਉਹ ਦੂਰ ਦੂਰ ਤੱਕ ਪੁੱਜ ਜਾਂਦਾ ਸੀ। ਦਿਦਾਰ ਦੇ ਗੀਤਾਂ ਵਿੱਚ ਵਰਤੇ ਸਮਾਜਿਕ ਬਿੰਬਾਂ ਤੋਂ ਵੀ ਪਾਸ਼ ਬਹੁਤ ਪ੍ਰਭਾਵਿਤ ਸੀ। ਜਿਵੇਂ ਅਸੀਂ ਦੱਸਿਆ ਹੈ ਕਿ ਦਿਦਾਰ ਦੇ ਗੀਤ ਜ਼ਿੰਦਗੀ ਦੇ ਅਨੇਕਾਂ ਮਸਲਿਆਂ ਅਤੇ ਰੰਗਾਂ ਨੂੰ ਕਲਾਵੇ ਵਿੱਚ ਲੈਂਦੇ ਸੀ। ਉਹਨੇ ਐਕਚੁਅਲੀ ਸ਼ਰਾਬ ਪੀਣ ਦੀ ਮਾੜੀ ਆਦਤ ਨੂੰ ਵੀ ਆਪਣੇ ਗੀਤਾਂ ਵਿੱਚ ਨਿੰਦਿਆ ਸੀ। ਉਸ ਲਿਖਿਆ ਸੀ ਕਿ ਖੱਟੀ ਨਹੀਂ ਬਿਨ ਬਦਨਾਮੀ ਤੋਂ ਉਸਨੇ ਵੀ ਕੁਝ ਗਵਾਇਆ ਹੋ। ਸੋ ਜਿਸਨੇ ਇਸ ਭਰੀ ਸੁਰਾਹੀ 'ਚੋਂ ਪਹਿਲਾ ਪੈਗ ਭਰ ਕੇ ਲਾਇਆ ਹੋ। ਪਰ ਦੋਸਤੋ, ਇਹ ਵੀ ਹਾਲਾਤ ਦਾ ਵਿਅੰਗੀ ਹੈ ਕਿ ਜਿਹੜੀ ਸ਼ਰਾਬ ਦੇ ਖਿਲਾਫ ਉਹਨੇ ਗੀਤ ਲਿਖਿਆ ਸੀ ਅਤੇ ਉਹ ਹੀ ਸ਼ਰਾਬ ਉਸਦੀ ਮੌਤ ਦਾ ਕਾਰਨ ਬਣ ਗਈ। ਜਿਵੇਂ ਪ੍ਰਸਿੱਧ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਸ਼ਰਾਬ ਪੀਂਦਾ ਸੀ ਅਤੇ ਉਹਦੀ ਮੌਤ ਵੀ ਸ਼ਰਾਬ ਦੇ ਨਾਲ ਹੋਈ। ਇੰਝ ਹੀ ਦਿਦਾਰ ਸੰਧੂ ਨਾਲ ਵਾਪਰਿਆ। ਆਪਣੀ ਗਾਇਕੀ ਦੇ ਅਖੀਰਲੇ ਸਾਲਾਂ ਵਿੱਚ ਆਪਣੇ ਸਾਥੀ ਕਲਾਕਾਰਾਂ ਨਾਲ ਦਿਦਾਰ ਸੰਧੂ ਨੇ 1988 ਵਿੱਚ ਵਿਦੇਸ਼ ਦਾ ਦੌਰਾ ਕੀਤਾ। 4 ਮਹੀਨੇ ਦੇ ਇਸ ਟੂਰ ਪ੍ਰੋਗਰਾਮ ਵਿੱਚ ਜਿਸ ਸ਼ਰਾਬ ਨੂੰ ਦਿਦਾਰ ਸੰਧੂ ਗਾਲਾਂ ਕੱਢਦਾ ਸੀ, ਉਹੀ ਸ਼ਰਾਬ ਸੰਧੂ 'ਤੇ ਭਾਰੀ ਪੈ ਗਈ। ਅੰਗਰੇਜ਼ੀ ਸ਼ਰਾਬ ਨੇ ਉਸਦੇ ਗੁਰਦੇ ਅਤੇ ਪੇਟ 'ਤੇ ਬਹੁਤ ਬੁਰਾ ਅਸਰ ਕੀਤਾ, ਜਿਸ ਨਾਲ ਉਸਦੀ ਸਿਹਤ ਵਿਗੜ ਗਈ। ਹਾਲਾਤ ਵੱਧ ਖਰਾਬ ਹੋਣ ਜਾਣ 'ਤੇ ਉਸਨੂੰ 13 ਫਰਵਰੀ 1991 ਨੂੰ ਦਯਾਨੰਦ ਹਸਪਤਾਲ ਲੁਧਿਆਣਾ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ 16 ਫਰਵਰੀ 1991 ਨੂੰ ਪੰਜਾਬੀ ਦਿਲਾਂ ਦੀਆਂ ਗੱਲਾਂ ਕਰਨ ਵਾਲਾ ਇੱਕ ਮਨੋਵਿਗਿਆਨੀ ਗਾਇਕ ਪਿੰਡ ਭਰੋਵਾਲ ਦਾ ਪਹਿਲਾ ਗਾਇਕ ਸਰਪੰਚ ਗੀਤਕਾਰ ਸਾਰੇ ਭਰਾਵਾਂ ਛੋਟਾ ਅਤੇ ਸਾਰੇ ਵੱਡੇ ਭਰਾਵਾਂ ਵਿੱਚੋਂ ਪਹਿਲਾਂ ਵਿਆਹਿਆ ਜਾਣ ਵਾਲਾ ਦਿਦਾਰ ਇਸ ਸੰਸਾਰ ਨੂੰ ਅਲਵਿਦਾ ਆਖ ਗਿਆ। ਮਹਿਜ਼ 48 ਵਰ੍ਹਿਆਂ ਦੀ ਉਮਰ ਵਿੱਚ ਇਹ ਮਹਾਨ ਕਲਾਕਾਰ ਸਾਥੋਂ ਹਮੇਸ਼ਾ ਲਈ ਵਿਛੜ ਗਿਆ। ਭਾਵੇਂ ਉਹ
ਸਰੀਰਕ ਰੂਪ ਵਿੱਚ ਅੱਜ ਸਾਡੇ ਵਿਚਕਾਰ ਨਹੀਂ ਹੈ, ਪਰ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਉਹ ਸਦਾ ਅਮਰ ਰਹੇਗਾ। ਦੀਦਾਰ ਸੰਧੂ ਦੇ ਗਾਏ ਸਦਾ ਬਹਾਰ ਗੀਤਾਂ ਦਾ ਯੁੱਗ ਦਾ ਕਦੀ ਅੰਤ ਨਹੀਂ ਹੋਵੇਗਾ। ਦੀਦਾਰ ਸੰਧੂ ਅੱਜ ਵੀ ਪੰਜਾਬ ਦੀ ਫਿਜ਼ਾ ਵਿੱਚ ਜਿਉਂਦਾ ਹੈ, ਜਾਗਦਾ ਹੈ। ਅੱਜ ਵੀ ਦੇਸ਼ ਵਿਦੇਸ਼ ਵਿੱਚ ਬੈਠੇ ਉਸਦੇ ਅਨੇਕਾਂ ਸਰੋਤੇ ਉਸਦੇ ਗੀਤਾਂ ਦੇ ਬੋਲਾਂ ਨੂੰ ਸੁਣ ਕੇ ਇਹ ਅਹਿਸਾਸ ਕਰਦੇ ਨੇ ਕਿ ਚੱਤੋ ਪੈ ਰਹਿੰਦਾ ਹੈ ਦੀਦਾਰ ਤੇਰਾ ਨਾਂ, ਨੱਚਦਾ ਬੁੱਲਾਂ ਦੇ ਉੱਤੇ ਮੇਰੇ। ਅਤੇ ਉਸਦੇ ਗੀਤ ਹਮੇਸ਼ਾ ਪੰਜਾਬ ਦੇ ਵਿੱਚ ਔਰ ਜਿੱਥੇ ਜਿੱਥੇ ਪੰਜਾਬੀ ਵੱਸਦੇ ਨੇ ਉਹ ਫਿਜ਼ਾ ਵਿੱਚ ਗੂੰਜਦੇ ਰਹਿਣਗੇ। ਉਮੀਦ ਕਰਦਾ ਕਿ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਖੁਸ਼ ਰਹੋ, ਆਬਾਦ ਰਹੋ ਅਤੇ ਮੈਨੂੰ ਦਿਓ ਆਗਿਆ। ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ,